ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਬਾਲੀਲਾ ਸਾਹਿਬ ਦੇ ਲੰਗਰ ਸਾਹਿਬ ਵਿਖੇ। ਅੱਜ ਦੁਸ਼ਹਿਰੇ ਦਾ ਤਿਉਹਾਰ ਹੈ ਅਤੇ ਆਜੋ ਆਪਾਂ ਚੱਲਦੇ ਹਾਂ, ਦੇਖਦੇ ਹਾਂ। ਆਂਗਰੀ ਸਾਹਿਬ ਬਣਾ ਰਹੇ ਨੇ ਪਕਵਾਨ, ਇੱਧਰ ਪਕੌੜਿਆਂ ਦਾ ਚੱਲ ਰਿਹਾ ਤਿਆਰੀਆਂ ਮੰਗਵਾ ਕੇ। ਇਹ ਸਾਡੇ ਬਾਬਾ ਜੀ ਨੇ ਪਹਿਲਾਂ ਵੀ ਪਿਛਲੇ ਸਾਲ ਵੀ ਆਏ ਸੀ ਅਤੇ ਉਦੋਂ ਵੀ ਮਿਲੇ ਸੀ। ਇਹ ਵੀਰ ਜੀ ਦੀ ਡਿਊਟੀ ਇੱਥੇ ਪੱਕੀ ਪਰਮਾਨੈਂਟ, ਅਤੇ ਬਹੁਤ ਦਿਲੋਂ ਧੰਨਵਾਦ ਇਹਨਾਂ ਦਾ। ਅਤੇ ਆ ਜਾਓ ਆਪਾਂ ਅੱਗੇ ਚੱਲਦੇ ਹਾਂ, ਦਿਖਾਉਂਦੇ ਹਾਂ ਲੰਗਰ ਸਾਹਿਬ। ਕਰੋ ਦਰਸ਼ਨ ਗੁਰੂ ਪਿਆਰਿਓ ਲੰਗਰ ਸਾਹਿਬ ਦੇ। ਜੇ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ, ਵਧੀਆ ਲੱਗਦੀਆਂ ਨੇ, ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਹ ਸਾਡੇ ਬਾਬਾ ਜੀ ਇੱਥੇ ਸੇਵਾਦਾਰ ਗੁਰੂ ਪਿਆਰਿਓ। ਇਹ ਸਾਡੇ ਬਾਬਾ ਜੀ ਨੇ ਜਿਹੜੇ ਸਪੈਸ਼ਲੀ ਖੀਰ ਪਕਵਾਨ ਅਤੇ ਦਾਲਾਂ ਸਬਜ਼ੀਆਂ ਇਹ ਤਿਆਰ ਕਰਦੇ ਨੇ, ਇਸ ਸਥਾਨ ਦੇ ਉੱਪਰ ਸੇਵਾ ਨਿਭਾਉਂਦੇ ਨੇ। ਉੱਧਰ ਖੜ੍ਹੇ ਨੇ ਸਾਡੇ ਬਾਬਾ ਜੀ। ਇੱਧਰ ਆ ਦੇਖੋ ਕਿੰਨਾ ਸੋਹਣਾ ਸਿਸਟਮ ਹੈ, ਚਿਣਕੇ ਬਾਲਟੀਆਂ ਵਗੈਰਾ ਸਾਰਾ ਸਮਾਨ ਚਿਣਕੇ ਬਾਈ ਲਾਇਆ ਜਾਂਦਾ, ਅਤੇ ਜਿਹਨੂੰ ਕਿਸੇ ਨੂੰ ਫਿੱਕੀ ਚਾਹ ਦੀ ਜ਼ਰੂਰਤ ਹੈ ਉਹਨੂੰ ਫਿੱਕੀ ਚਾਹ ਸਪੈਸ਼ਲ ਇੱਥੇ ਫਿੱਕੀ ਚਾਹ ਬਣਾ ਕੇ ਰੱਖੀ ਹੁੰਦੀ ਹੈ ਜੀ। ਜਿਹਨੂੰ ਜਿੰਨੀ ਦੀ ਲੋੜ ਹੁੰਦੀ ਹੈ ਉੰਨੀ ਲੋੜ ਮੁਤਾਬਕ ਹਰ ਇੱਕ ਭੈਣ ਭਰਾ ਪੀ ਲੈਂਦਾ। ਬਾਬਾ ਜੀ ਨਾਲ ਸੰਗਤ ਬੈਠੀ ਪਕੌੜਿਆਂ ਨਾਲ ਚਾਹ ਛੱਕ ਰਹੀ ਹੈ ਜੀ ਗੁਰੂ ਪਿਆਰਿਓ। ਇੱਥੇ ਜਿਹੜੀ ਇਹ ਬਾਲ ਲੀਲਾ ਸਾਹਿਬ ਗੁਰਦੁਆਰਾ ਸਾਹਿਬ ਹੈ, ਉਸ ਗੁਰਦੁਆਰਾ ਸਾਹਿਬ ਦਾ ਲੰਗਰ ਹੈ ਜੀ। ਕਾਰ ਸੇਵਾ ਵਾਲੇ ਪੂਰੀ ਵਾਲੇ ਸੰਤਾਂ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ। ਇੱਧਰ ਸਾਡੇ ਬਾਬਾ ਜੀ ਬੈਠੇ ਨੇ, ਇਹ ਲੰਗਰ ਸਾਹਿਬ ਹੈ ਜੀ। ਅਤੇ ਅੱਗੇ ਆਪਾਂ ਚੱਲਦੇ ਹਾਂ ਤਵੀ ਵਾਲੀਆਂ ਮਾਤਾਵਾਂ ਕੋਲ, ਜਿੱਥੇ ਪ੍ਰਸ਼ਾਦੇ ਬਣਦੇ ਨੇ, ਅਤੇ ਉਹਨਾਂ ਦੇ ਵੀ ਤੁਹਾਨੂੰ ਕਰਵਾਉਣੇ ਆ ਦਰਸ਼ਨ। ਜੁੜੇ ਰਹੋ ਸਾਡੀ ਵੀਡੀਓ ਦੇ ਨਾਲ, ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੀ, ਸਾਨੂੰ ਵੀ ਹੌਸਲਾ ਹੁੰਦਾ। ਇਹ ਸੰਗਤ ਹੈ ਜੀ ਜਿਹੜੀ ਪ੍ਰਸ਼ਾਦੇ ਬਣਾ ਰਹੀ ਹੈ ਜੀ, ਸਾਡੀਆਂ ਮਾਤਾਵਾਂ ਸੇਵਾ ਨਿਭਾ ਰਹੀਆਂ ਨੇ। ਬਹੁਤ ਦੂਰੋਂ ਦੂਰੋਂ ਸੰਗਤਾਂ ਇਸ ਸਥਾਨ 'ਤੇ ਪਹੁੰਚਦੀਆਂ ਨੇ। ਪਟਨਾ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਆਪਣਾ ਇਹ ਵੀ ਤਖ਼ਤ ਹੈਗਾ, ਤਖ਼ਤ ਸਾਹਿਬ। ਇੱਧਰ ਜਿਹੜੀ ਸੇਵਾ ਉਹ ਪੇੜਿਆਂ ਦੀ ਸੇਵਾ ਚੱਲ ਰਹੀ ਹੈ, ਆਟਾ ਗੁੰਨ ਕੇ ਇੱਥੇ ਪਹੁੰਚਾਇਆ ਜਾਂਦਾ। ਅਤੇ ਇੱਥੇ ਜਿਹੜੀ ਸੇਵਾ ਹੈ, ਸੇਵਾ ਨਿਭਾ ਰਹੀਆਂ ਸੰਗਤਾਂ ਮਾਤਾਵਾਂ ਆਪਣੀਆਂ। ਇਹ ਸਾਡੀਆਂ ਸਾਰੀਆਂ ਬੀਬੀਆਂ ਦੂਰੋਂ ਦੂਰੋਂ ਕੋਈ ਕਿਸੇ ਸਥਾਨ ਤੋਂ ਕੋਈ ਕਿਸੇ ਸਥਾਨ ਤੋਂ ਪਹੁੰਚੀਆਂ ਹੋਈਆਂ ਨੇ। ਆਹ ਸਾਡੇ ਬਾਪੂ ਜੀ ਸੇਵਾ ਕਰ ਰਹੇ ਨੇ, ਅੱਜ ਸੇਵਾ ਦੇ ਵਿੱਚ ਜੁਟੇ ਹੋਏ ਨੇ। ਆਹ ਸਾਰੀ ਸੰਗਤ ਜਿਹੜੀ ਬੈਠੀ ਹੈ ਤੁਸੀਂ ਦੇਖ ਰਹੇ ਹੋ, ਆਲੂਆਂ ਦੀ ਜਿਹੜੀ ਕਟਿੰਗ ਹੈ ਉਹ ਸੇਵਾ ਚੱਲ ਰਹੀ ਹੈ। ਇਹ ਸਾਡੀਆਂ ਮਾਤਾਵਾਂ ਵੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਆਪਣੀਆਂ ਨਿਭਾਉਂਦੀਆਂ ਨੇ। ਉਹ ਸਾਡੇ ਭਾਈ ਸਾਹਿਬ ਫੋਨ 'ਤੇ ਲੱਗੇ ਹੋਏ ਨੇ, ਦਰਸ਼ਨ ਕਰਵਾਉਣੇ ਆ ਮਹਾਰਾਜ ਜੀ। ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਕਾਰ ਸੇਵਾ ਵਾਲੇ, ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਨਿਧਾਨ ਸਿੰਘ ਜੀ ਭੂਰੀ ਵਾਲੇ ਕਾਰ ਸੇਵਾ ਵਾਲੇ। ਅਤੇ ਇਹ ਸਾਡੀ ਸੰਗਤ ਸਾਡੇ ਨਾਲ ਜਿਹੜੇ ਆਏ ਹੋਏ ਨੇ, ਅਤੇ ਚਲੋ ਜਿੰਨਾ ਕਿਸੇ ਨੂੰ ਕਿਸੇ ਦੇ ਗੋਡੇ ਦੁਖਦੇ ਨੇ ਜਾਂ ਕਿਸੇ ਤੋਂ ਬੈਠਣ ਦੀ ਪ੍ਰੋਬਲਮ ਹੈ, ਉਹਨਾਂ ਵਾਸਤੇ ਸਪੈਸ਼ਲ ਇੱਥੇ ਬੈਂਚ ਲਾ ਕੇ ਲੰਗਰ ਪਾਣੀ ਛਕਾਇਆ ਜਾਂਦਾ। ਇੱਧਰ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਇਹ ਵੀ ਸਾਡੇ ਨਾਲ ਆਈਆਂ ਹੋਈਆਂ ਨੇ। ਆਹ ਦੇਖੋ ਇਹਨਾਂ ਵਾਸਤੇ ਸਪੈਸ਼ਲ ਟੇਬਲ ਲਗਾਏ ਗਏ ਨੇ, ਕਿਉਂਕਿ ਬਜ਼ੁਰਗ ਮੈਂਬਰਾਂ ਤੋਂ ਆਪਣੇ ਬਜ਼ੁਰਗ ਬੰਦਿਆਂ ਤੋਂ ਬੈਠਿਆ ਨਹੀਂ ਜਾਂਦਾ, ਤਾਂ ਕਰਕੇ ਲੰਗਰ ਛਕਣ ਦੇ ਵਿੱਚ ਦਿੱਕਤ ਆਉਂਦੀ ਹੈ, ਤਾਂ ਉਹਨਾਂ ਵਾਸਤੇ ਸਪੈਸ਼ਲ ਟੇਬਲ ਲਾ ਕੇ ਭੋਜਨ ਛਕਾਇਆ ਜਾਂਦਾ। ਇਹ ਸਾਡੇ ਬਾਬਾ ਜੀ ਜਿਹੜੇ ਸੇਵਾ ਨਿਭਾ ਰਹੇ ਨੇ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਾ ਕਰੋ ਸੰਗਤ ਜੀ, ਵੀਡੀਓ ਨੂੰ ਜ਼ਰੂਰ ਦੇਖਿਆ ਕਰੋ। ਚੰਗੀਆਂ ਵੀਡੀਓ ਨੂੰ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ। ਅਸੀਂ ਤੁਹਾਡੇ ਲਈ, ਤੁਹਾਡੇ ਵਾਸਤੇ ਨਵੀਆਂ ਨਵੀਆਂ ਵਧੀਆ ਵਧੀਆ ਚੰਗੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ। ਕੋਸ਼ਿਸ਼ ਕਰਦੇ ਰਹਾਂਗੇ ਵੀਡੀਓ ਬਣਾਉਣ ਦਾ, ਅਤੇ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ, ਦਰਸ਼ਨ ਕਰਵਾਉਣ ਦਾ। ਸੰਗਤ ਜੀ ਜਿਹੜੇ ਸਾਡੇ ਮੇਨ ਸੇਵਾਦਾਰ ਬਾਬਾ ਜੀ ਨੇ, ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ। ਉਹ ਇੱਧਰ ਗਏ ਹੋਏ ਨੇ ਕਿਸੇ ਪਾਸੇ ਕੰਮ 'ਤੇ। ਸਾਡੀ ਸੰਗਤ ਵੱਲੋਂ ਫਿਰ ਦੁਬਾਰਾ, ਉੱਧਰ ਸਾਡੇ ਜਿਹੜੇ ਨਾਲ ਸੰਗੀ ਸਾਥੀ ਆਏ ਸੀ
ਉਹਨਾਂ ਨੂੰ ਬਾਬਾ ਜੀ ਨੇ ਬੁਲਾ ਲਿਆ ਸੇਵਾ ਵਾਸਤੇ। ਕਹਿੰਦੇ ਆ ਜਾਓ ਆਪਾਂ ਨੇ ਜ਼ੋਰ ਦੇਖਣਾ, ਜ਼ੋਰ ਦੇਖਿਆ ਜਾਣਾ ਹੁਣ ਮੇਰੇ ਵੀਰੇ। ਸੱਚੇ ਪਾਤਸ਼ਾਹ ਵਾਹਿਗੁਰੂ ਇਹਦੇ ਵਿੱਚ ਆਪ ਸਹਾਈ ਹੁੰਦੇ ਨੇ, ਇਸ ਸਟੈਂਡ ਦੇ ਉੱਪਰ ਰੱਖਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਆ ਮੇਰੇ ਮਾਲਕ, ਤੁਸੀਂ ਆਪ ਸਹਾਈ ਹੁੰਦੇ ਹੋ। ਵਾਹਿਗੁਰੂ ਇਸ ਪੱਕੀ ਦੇ ਉੱਪਰ ਯਾਰ, ਲਿਆ ਨਹੀਂ ਜੀ ਲਿਆ ਨਹੀਂ, ਥੋੜ੍ਹਾ ਕਰ ਦਿਓ ਥੋੜ੍ਹਾ ਹੋਰ। ਵਾਹਿਗੁਰੂ 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 ਮੇਰੇ ਮਾਲਕ। ਇਹ ਸਾਡੇ ਸਿੰਘ ਉੱਧਰ ਚਾਹ ਦੀ ਸੇਵਾ ਚੱਲ ਰਹੀ ਹੈ, ਜਿਹੜਾ ਸਾਰਾ ਸਮਾਨ ਹੈ ਇਹ ਸਟੀਮ 'ਤੇ ਤਿਆਰ ਹੁੰਦਾ ਜੀ। ਆਹ ਸਟੀਮ ਹੁੰਦੀ ਇੱਥੇ, ਸਟੀਮ 'ਤੇ ਸਾਰਾ ਸਮਾਨ ਤਿਆਰ ਹੁੰਦਾ। ਇਹ ਸਾਡੇ ਸੇਵਾਦਾਰ ਸਾਡੇ ਯੋਧੇ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ, ਇੱਥੇ ਸਾਰਾ ਸਮਾਨ ਤੁਹਾਨੂੰ ਪਤਾ ਬਣਦਾ। ਹਾਂ ਬਿਲਕੁਲ, ਆ ਜਾਓ ਆਪਾਂ ਤੁਹਾਨੂੰ ਦਿਖਾਉਣਾ ਕੋਲਡ ਸਟੋਰ। ਇਹ ਕੋਲਡ ਸਟੋਰ ਹੈਗਾ ਬਾਬਾ ਜੀ ਨੇ ਬਣਾਇਆ ਸਪੈਸ਼ਲ ਸਬਜ਼ੀਆਂ ਵਾਸਤੇ। ਇੱਥੇ ਹਰ ਇੱਕ ਤਰ੍ਹਾਂ ਦੀਆਂ ਸਬਜ਼ੀਆਂ ਨੇ ਜਿਹੜੀਆਂ ਉਹ ਸਾਂਭ ਸੰਭਾਲ ਕਰਕੇ ਰੱਖੀਆਂ ਜਾਂਦੀਆਂ ਨੇ। ਅਤੇ ਹੁਣ ਸਮਾਨ ਆਉਣਾ ਬਾਹਰੋਂ, ਸਾਰਿਆਂ ਨੂੰ ਪਤਾ ਲੰਗਰ ਪਾਣੀ ਚੱਲ ਰਿਹਾ, ਦੁਸਹਿਰੇ ਦਾ ਤਿਉਹਾਰ ਹੈ, ਦੁਸਹਿਰੇ ਦੇ ਤਿਉਹਾਰ ਮੌਕੇ 'ਤੇ ਅਸੀਂ ਇੱਥੇ ਪਹੁੰਚੇ ਹੋਏ ਹਾਂ। ਇੱਧਰ ਵੀ ਸਾਡਾ ਖਜ਼ਾਨਾ ਗੁਰੂ ਕੇ ਲੰਗਰ, ਰਾਸ਼ਨ ਪਾਣੀ ਸਾਰਾ ਸਮਾਨ ਇਸ ਸਥਾਨ 'ਤੇ ਹੁੰਦਾ ਜੀ। ਬਹੁਤ ਹੀ ਜ਼ਿਆਦਾ ਵਧੀਆ ਅਤੇ ਸਦਭਾਵਨਾ ਦੇ ਨਾਲ ਇੱਥੇ ਲੰਗਰ ਬਣਾਇਆ ਜਾਂਦਾ। ਇਹ ਬਾਬਾ ਜੀ ਸਾਡੇ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ, ਇਹ ਚੌਲ ਬਣਾਉਣ ਵਿੱਚ ਲੱਗੇ ਹੋਏ ਨੇ, ਜ਼ਿਆਦਾਤਰ ਇੱਥੇ ਚੌਲ ਹੀ ਬਣਦੇ ਨੇ, ਕਿਉਂਕਿ ਇੱਥੇ ਜਿਹੜੇ ਆਪਣੇ ਪਟਨੇ ਦੇ ਏਰੀਏ ਦੇ ਲੋਕ ਨੇ ਉਹ ਜ਼ਿਆਦਾਤਰ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਚੌਲ ਖਾ ਕੇ ਖੁਸ਼ ਹੁੰਦੇ ਨੇ। ਅਤੇ ਸੰਗਤਾਂ ਬਹੁਤ ਹੀ ਵਧੀਆ ਡਿਸਪਲਿਨ ਦੇ ਨਾਲ ਸੇਵਾ ਨਿਭਾਉਂਦੀਆਂ ਨੇ। ਇੱਕ ਸਟੋਰ ਇਹ ਸੀਗਾ ਜੀ, ਇਹਦੇ ਵਿੱਚ ਵੀ ਰਾਸ਼ਨ ਪਾਣੀ ਦਾ ਖਾਸ ਪ੍ਰਬੰਧ ਹੁੰਦਾ, ਸਾਰਾ ਸਮਾਨ ਚਿੰਤੀ ਵਾਈਜ ਰੱਖਿਆ ਹੁੰਦਾ ਜੀ ਸਾਂਭ ਸੰਭਾਲ ਕੇ। ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਾ ਕਰੋ ਜੀ ਸੰਗਤ ਜੀ, ਸਾਨੂੰ ਵਾਰ ਵਾਰ ਕਹਿਣਾ ਪੈਂਦਾ ਕਿਉਂਕਿ ਚੰਗੀਆਂ ਵੀਡੀਓ ਨੂੰ ਲੋਕ ਸ਼ੇਅਰ ਬਹੁਤ ਘੱਟ ਕਰਦੇ ਨੇ। ਸ਼ੇਅਰ ਕਰਦਿਆ ਕਰੋ ਵੀਡੀਓ ਨੂੰ, ਜ਼ਰੂਰ ਦੇਖਿਆ ਕਰੋ। ਇਹ ਆਟੇ ਦੀ ਸਪੈਸ਼ਲ ਇੱਕ ਰੂਮ ਆਟੇ ਵਾਸਤੇ ਸਪੈਸ਼ਲ ਚੱਕੀ ਲੱਗੀ ਹੈ, ਆਪਣੀ ਆਟਾ ਗੁੰਨਣ ਵਾਲੀ ਮਸ਼ੀਨ ਲੱਗੀ ਹੋਈ ਹੈ, ਅਤੇ ਉੱਧਰ ਆਟਾ ਛਾਨਣ ਵਾਲੀ। ਇਹ ਸਪੈਸ਼ਲ ਇੱਕ ਰੂਮ ਅਲੱਗ ਤੋਂ ਬਣਾਇਆ ਹੋਇਆ ਜੀ, ਕਿਉਂਕਿ ਤੁਹਾਨੂੰ ਪਤਾ ਵੀ ਆਟਾ ਜ਼ਿਆਦਾ ਥੋੜ੍ਹਾ ਖਿੱਲਰ ਦਾ ਜ਼ਿਆਦਾ ਹੁੰਦਾ, ਇਸ ਕਰਕੇ। ਅਤੇ ਜ਼ਰੂਰ ਸਾਡੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ, ਸਾਨੂੰ ਵੀ ਇਸ ਚੀਜ਼ ਨਾਲ ਹੌਸਲਾ ਹੁੰਦਾ ਅਤੇ ਅਸੀਂ ਤੁਹਾਡੇ ਵਾਸਤੇ ਚੰਗੀਆਂ ਵੀਡੀਓ ਲੈ ਕੇ ਆਈਏ, ਸਾਨੂੰ ਵੀ ਖੁਸ਼ੀ ਹੁੰਦੀ ਹੈ। ਜੁੜੇ ਰਹੋ ਜੀ ਸਾਡੇ ਪੇਜ ਦੇ ਨਾਲ, ਸਾਡੇ ਪੇਜ ਨੂੰ ਕਰ ਲਓ ਫੋਲੋ। ਅਤੇ ਆਹ ਸਾਡੀਆਂ ਬੀਬੀਆਂ ਜਿਹੜੀਆਂ ਅਸੀਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ, ਸੇਵਾ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਸੰਗਤਾਂ ਨਿਭਾਉਂਦੀਆਂ ਨੇ, ਆਪਣੀ ਹਾਜ਼ਰੀ ਭਰਨ ਵਾਸਤੇ ਦੂਰੋਂ ਦੂਰੋਂ ਹਮਾ ਹਮਾ ਕੇ ਪਹੁੰਚਦੀਆਂ ਨੇ। ਇਹ ਸਾਡੀਆਂ ਦੋ ਮਾਈਆਂ ਰਹੀਆਂ ਸੀ ਜਿਹੜੀਆਂ ਪ੍ਰਸ਼ਾਦੇ ਦੀ ਸੇਵਾ ਕਰਦੀਆਂ ਨੇ, ਪ੍ਰਸ਼ਾਦੇ ਚੋਪੜ ਕੇ ਸਿਸਟਮ ਵਾਈਜ ਸਾਂਭ ਸੰਭਾਲ ਕੇ ਰੱਖਦੀਆਂ ਨੇ। ਇਹ ਸਾਡੀਆਂ ਮਾਤਾਵਾਂ ਨੇ ਜੀ, ਉਹ ਗੁਰੂ ਪਿਆਰੇ ਸਿੰਘ ਸਾਡਾ ਲੋਹ ਤੇ ਪ੍ਰਸ਼ਾਦੇ ਬਣਦੇ ਨੇ ਸਾਰੇ। ਪੱਕੀਆਂ ਵੀ ਹੈਗੀਆਂ, ਮਸ਼ੀਨ ਵੀ ਹੈਗੀ, ਪਰ ਉਹ ਜਦੋਂ ਰਸ਼ ਜ਼ਿਆਦਾ ਹੁੰਦਾ ਉਦੋਂ ਚਲਾਈ ਜਾਂਦੀ ਹੈ। ਇੱਧਰ ਜਿਹੜੀ ਬਰਤਨਾਂ ਦੀ ਸੇਵਾ ਉਹ ਚੱਲਦੀ ਹੈ ਜੀ ਸੰਗਤ ਜੀ। ਸਪੈਸ਼ਲ ਇੱਥੇ ਅਲੱਗ ਤੋਂ ਹੱਥ ਧੋਣ ਵਾਸਤੇ ਛਿੰਕ ਦਿੱਤੇ ਹੋਏ ਨੇ ਜੀ, ਇੱਥੇ ਇਸ ਜਗ੍ਹਾ ਦੇ ਉੱਪਰ ਹੱਥ ਧੋਣ ਦੀ ਮਤਲਬ ਪੂਰੇ ਪੂਰੀ ਮਨਾਹੀ ਹੁੰਦੀ ਹੈ, ਅਤੇ ਇੱਥੇ ਸਿਰਫ ਬਰਤਨ ਹੀ ਧੋਤੇ ਜਾਂਦੇ ਨੇ। ਸੇਵਾ ਸੰਗਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਨੇ, ਲੰਗਰ ਪਾਣੀ ਛੱਕ ਕੇ ਅੱਗੇ ਚਾਲੇ ਪਾਉਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।